ਸਤਿ ਸ਼੍ਰੀ ਅਕਾਲ ਜੀ, ਮੈਂ ਅੰਸ਼ੁਲ, ਵੈਸਟ ਆਈਲੈਂਡਰ ਇਮੀਗ੍ਰੇਸ਼ਨ ਚੰਡੀਗੜ੍ਹ ਤੋਂ। ਇਹ ਮਿਸਟਰ ਜਸਪ੍ਰੀਤ ਨੇ, ਇਹਨਾਂ ਦਾ ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਆਇਆ। ਜਸਪ੍ਰੀਤ ਜੀ, ਤੁਹਾਡਾ ਵਿਜ਼ਟਰ ਵੀਜ਼ਾ? ਅਤੇ ਸਰ ਦੱਸੋ ਕਿਹਦਾ ਐਕਸਪੀਰੀਅੰਸ ਰਿਹਾ ਤੁਹਾਡਾ ਸਾਡੇ ਨਾਲ? ਮੈਂ ਜਸਪ੍ਰੀਤ ਸਿੰਘ ਭੁੱਲਰ ਬਠਿੰਡਾ ਤੋਂ ਬਿਲੋਂਗ ਕਰਦਾ ਜੀ। ਅਤੇ ਮੈਂ ਜਦੋਂ ਫਸਟ ਟਾਈਮ ਚੰਡੀਗੜ੍ਹ ਆਇਆ ਨਾ ਵੈਸਟ ਆਈਲੈਂਡ 'ਚ ਇਮੀਗ੍ਰੇਸ਼ਨ 'ਚ, ਅਤੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਆਪਣੇ ਵਿਜ਼ਟਰ ਵੀਜ਼ੇ ਬਾਰੇ, ਤਾਂ ਮੈਨੂੰ ਵੀ ਜਾਣਕਾਰੀ ਦਿੱਤੀ, ਤਾਂ ਮੈਂ ਸੈਟਿਸਫਾਈਡ ਹਾਂ ਉਸ ਗੱਲ ਤੋਂ। ਅਤੇ ਮੈਂ ਮਨ ਬਣਾਇਆ ਵੀ ਮੈਂ ਇੱਥੇ ਹੀ ਵੀਜ਼ਾ ਲਾਉਣਾ ਵਾ, ਅਤੇ ਮੈਨੂੰ ਕਹਿ ਰਹੇ ਸੀ 15 ਦਿਨ ਦੇ ਵਿੱਚ ਵੀਜ਼ਾ ਆ ਜਾਣਾ ਇਹਨਾਂ ਤੋਂ ਫੈਲ ਲਾ ਦੇਣਾ। ਮੈਨੂੰ ਜਿਹੜੇ ਡਾਕੂਮੈਂਟ ਇਹਨਾਂ ਨੇ ਦੱਸੀ ਵੀ ਰੈਡੀ ਕਰਨੇ, ਮੈਂ ਸਾਰਾ ਕੁਝ ਰੈਡੀ ਕਰਵਾ ਕੇ, ਅਤੇ ਮੈਮ ਆਪਣੇ ਜਿਹੜੇ ਪਰਮਿੰਦਰ ਕੌਰ ਮੈਮ ਹੈਗੇ ਜਿਹੜੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਲਾਇਸੈਂਸ ਐਡਵਾਈਜ਼ਰ, ਅਤੇ ਉਹਨਾਂ ਨਾਲ ਵੀ ਗੱਲਬਾਤ ਹੋਈ। ਉਹਨਾਂ ਨੇ ਮੈਨੂੰ ਜਾਣੀ ਕਿ ਪੂਰੀ ਤਸੱਲੀ ਦਵਾਈ ਵੀ ਬਿਲਕੁਲ ਸੇਫ ਕੰਮ ਹੋਏਗਾ, ਅਤੇ ਉਸ ਦੇ ਰਿਗਾਰਡਿੰਗ ਚੱਲਦੇ ਹੀ ਮੇਰਾ ਬਿਲਕੁਲ 15 ਦਿਨ ਦੇ ਵਿੱਚ ਵੀਜ਼ਾ ਆ ਗਿਆ ਨਿਊਜ਼ੀਲੈਂਡ ਦਾ। ਅਤੇ ਇਸ ਲਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮੈਂ ਮੈਡਮ ਦਾ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਅੱਗੇ ਤੋਂ ਵੀ ਮੈਂ ਸਲਾਹ ਦਿੰਦਾ ਵੀ ਕੋਈ ਵੀ ਜੇ ਕੋਈ ਹੈਗਾ ਮੇਰਾ ਜਾਣ ਵਾਲਾ ਪਛਾਣ ਵਾਲਾ, ਤਾਂ ਮੈਂ ਉਹਨੂੰ ਹੀ ਕਹੇਗਾ ਵੀ ਇੱਥੋਂ ਆ ਕੇ ਵੈਸਟ ਆਈਲੈਂਡਰ ਤੋਂ ਆਪਣਾ ਵੀਜ਼ਾ ਆਪਾਂ ਲਗਵਾ ਸਕਦੇ ਹਾਂ। ਮੈਨੂੰ ਵੀ ਪੂਰੀ ਤਸੱਲੀ ਮਿਲੀ ਹੈ ਇੱਥੇ ਵੀਜ਼ਾ ਲਗਵਾ ਕੇ। ਮੈਨੂੰ ਪਹਿਲਾਂ ਡਰ ਸੀਗਾ ਜਿਵੇਂ ਹਰੇਕ ਬੰਦੇ ਨੂੰ ਹੁੰਦਾ ਵੀ ਕਿੱਦਾਂ ਕਿਵੇਂ ਹੋਊਗਾ ਪ੍ਰੋਸੈਸ, ਬਟ ਜਿਵੇਂ ਮੈਨੂੰ ਜਾਣਕਾਰੀ ਮਿਲੀ ਸੀ ਸਾਰੇ ਡਾਕੂਮੈਂਟ ਉਵੇਂ ਇਕੱਠੀ ਕੀਤੀ, ਕਿਉਂਕਿ ਫਾਲਤੂ ਡਾਕੂਮੈਂਟ ਵੀ ਲੱਗਿਆ ਮੇਰਾ, ਅਤੇ ਵੀ ਵਧੀਆ ਤਰੀਕੇ ਨਾਲ ਸਾਰਾ ਕੰਮ ਹੋਇਆ, ਅਤੇ 15 ਦਿਨ ਦੇ ਵਿੱਚ ਮੇਰਾ ਵੀਜ਼ਾ ਆ ਗਿਆ। ਇਸ ਲਈ ਮੈਂ ਮੈਡਮ ਹਰਮਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਦੀ ਹਾਂ, ਪੂਰੇ ਵੈਸਟ ਆਈਲੈਂਡਰ ਦੀ ਟੀਮ ਦਾ ਸਟਾਫ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਵਿੱਚ ਕੋਈ ਹਿਡਨ ਚਾਰਜਿਸ ਜਾਂ ਕੁਛ ਇੱਦਾਂ ਦਾ ਕੁਛ ਨਹੀਂ ਸਰ, ਮੈਂ ਨੋਰਮਲ ਤਰੀਕੇ ਨਾਲ ਵਧੀਆ ਜਿਵੇਂ ਸਾਰਾ ਦੱਸਿਆ ਗਿਆ ਸੀ ਉਦੋਂ ਹੀ ਮੇਰਾ ਸੈਟਿਸਫਾਈਡ ਆ ਸਾਰੇ। ਥੈਂਕ ਯੂ ਜੀ।